ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਗੱਡੀਆਂ ਦੇ ਉੱਪਰ ਚਾਦਰ ਕਿਉਂ ਪਾ ਰਹੇ ਜੀ? ਇਹ ਭਾਜੀ ਚਾਦਰ ਇਸ ਲਈ ਪਾ ਰਹੇ ਹਾਂ, ਅਸੀਂ ਕੱਢਣੀ ਬਰਾਤ ਅਤੇ ਉਹ ਵੀ ਗੱਡੀ 'ਤੇ ਪਈ ਹੋਈ ਚਾਦਰ ਜੀ। ਉਹ ਵੀ ਗੱਡੀ 'ਤੇ ਮਤਲਬ ਸਾਡੀਆਂ 7-8 ਗੱਡੀਆਂ ਹੈਗੀਆਂ ਜੀ, ਅਤੇ ਅੱਜ ਰਾਤੀ ਅਸੀਂ ਜਾਗੋ ਕੱਢ ਲਈ ਸੀ, ਹੁਣ ਅਸੀਂ ਬਰਾਤ ਕੱਢਣੀ। ਮਤਲਬ ਇਹ ਨਵੀਂ ਸੋਚ ਸੋਚੀ ਅਸੀਂ ਕਿ ਅਸੀਂ ਇੱਦਾਂ ਕਰਦੇ। ਇਹ ਹਰੇਕ ਸਾਲ ਮਿਲ ਕੇ ਇੱਦਾਂ ਕਰਦੇ ਹਾਂ ਜੀ? ਨਹੀਂ ਭਾਜੀ, ਇਹ ਸਾਡੀ ਸੋਚ ਐਤਕੀ ਅਲੱਗ ਸੀਗੀ, ਡਿਫਰੈਂਟ ਸੋਚ ਸੀ। ਅਤੇ ਕੋਈ ਸੁੱਖ ਸੀਗੀ ਜਾਂ ਤੁਸੀਂ ਵੈਸੇ ਮੰਗ ਨਾਲ ਕਰ ਰਹੇ ਜੀ? ਚਲੋ ਭਾਜੀ, ਸੁੱਖ ਵੀ ਲਾ ਲਓ, ਚਲੋ ਇਹ ਵੀ ਗੱਡੀਆਂ ਦਾ ਥੋੜ੍ਹਾ ਜਿਹਾ ਬਚਾਓ ਜੀ ਸਾਡੀਆਂ ਦੇ, ਨਜ਼ਰਾਂ ਟਪਾਵਾਂ ਤਾਂ ਅਸੀਂ ਬਚਾਂਗੇ, ਕਿਉਂ ਤੁਹਾਡੀਆਂ ਦੁਆਵਾਂ ਨਾਲ ਔਰ ਸਾਰਿਆਂ ਦੀਆਂ ਦੁਆਵਾਂ ਸਦਕਾ ਅਸੀਂ ਗੱਡੀਆਂ ਲਈਆਂ ਆ ਸਾਰਿਆਂ ਦੇ ਕੋਲ, ਸਾਡੇ ਕੋਲ ਗੱਡੀਆਂ ਅਤੇ ਥੋੜ੍ਹਾ ਜਿਹਾ ਫਿਰ ਤੁਹਾਨੂੰ ਪਤਾ ਨਿਗਾਹਬੰਦੀ ਜ਼ਿਆਦਾ ਥੋੜ੍ਹੀ ਲੱਗ ਜਾਂਦੀ, ਠੀਕ ਹੈ, ਉਹਦੇ ਕਰਕੇ ਚੱਲ ਰਹੇ ਸਾਡੀਆਂ। ਭਾਜੀ ਤੁਹਾਨੂੰ ਪਤਾ ਇਹ ਵੀ ਸਾਡੀਆਂ ਡੋਲੀਆਂ ਹੀ ਆ। ਬਿਲਕੁਲ ਜੀ, ਬਿਲਕੁਲ, ਇਹਨਾਂ ਬਿਨਾਂ ਆਪਾਂ ਇਹ ਅਤੇ ਆਪਾਂ ਬਿਲਕੁਲ ਜੀ ਇਹਨਾਂ ਦੀ ਕਮਰ ਉੱਪਰ ਬਿਲਾਂ ਲੱਗਣੀਆਂ ਆਪਣੀਆਂ ਆਪਾਂ ਇੱਥੇ ਕਾਲੇ ਨੇ ਇੱਥੇ ਕਿਹਾ ਦੂਜੇ। ਹਾਂਜੀ ਆ ਗਏ।